ਤਾਂ ਅਖੀਰਕਾਰ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਉਹ ਬੁਰਜ ਤੇ ਪਹੁੰਚ ਚੁੱਕੇ ਆ। ਮੈਂ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦਾ ਕਿ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਆ ਇਹ ਬੁਰਜ ਨੂੰ ਦੇਖਦਿਆਂ ਹੋਇਆ। 1713 'ਚ ਬਾਬਾ ਬੰਦਾ ਸਿੰਘ ਬਹਾਦਰ ਨੇ ਲੋਹਗੜ੍ਹ ਦਾ ਕਿਲਾ ਛੱਡਿਆ ਤੇ 1714 'ਚ ਇਸ ਜਗ੍ਹਾ ਤੇ ਆਏ ਨੇ ਬਾਬਾ ਬੰਦਾ ਸਿੰਘ ਬਹਾਦਰ। ਪੱਥਰ ਨਾਲ ਇਹ ਬਣਿਆ ਹੋਇਆ ਹੈ। ਹੁਣ ਦੇਖੋ ਇਹ 'ਚ ਦਰਖਤ ਉੱਗ ਆਏ ਨੇ, ਕਿੰਨੀਆਂ ਹੀ ਜੰਗਾਂ ਦਾ ਇਹ ਗਵਾ ਰਿਹਾ ਹੋਊਗਾ ਬੁਰਜ। ਇਹ ਬੁਰਜ ਦੇ ਉੱਤੇ ਇੱਕ ਖਾਲੀ ਥਾਂ ਬਣਿਆ ਹੋਇਆ ਹੈ ਜਿਹਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਆਪਣੀਆਂ ਤੋਪਾਂ ਖੜੀਆਂ ਕਰਦੇ ਸੀ। ਇਤਿਹਾਸ 'ਚ ਇਹ ਦਰਜ ਆ ਕਿ ਇਹ ਬੁਰਜ ਨੂੰ ਇੱਕ ਪੱਕੀ ਪੌੜੀ ਜਾਂਦੀ ਸੀ। ਇਹ ਆਓ ਪੌੜੀ ਦੇਖੋ। ਹੁਣ ਇੱਥੇ ਇੱਕ ਵੱਡਾ ਦਰਖਤ ਉੱਗਿਆ ਹੈ, ਪਰ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਜੇ ਥੋੜ੍ਹਾ ਮੋਟਾ ਆਪਾਂ ਦੇਖ ਸਕੀਏ। ਕਹਿੰਦੇ ਨੇ ਕਿ ਇਹਦੇ ਉੱਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਤੋਪ ਖੜੀ ਕੀਤੀ ਹੁੰਦੀ ਸੀ ਅਤੇ ਇੱਥੋਂ ਸਿੱਖ ਫਿਰ ਆਪਦੀ ਬਾਜ ਵਾਲੀ ਨਜ਼ਰ ਨਾਲ ਮੁਗਲਾਂ 'ਤੇ ਨਜ਼ਰ ਰੱਖਦੇ ਸੀ। ਇੱਥੋਂ ਕਿੰਨੇ ਹੀ ਸਿੰਘ ਉੱਪਰ ਗਏ ਹੋਣੇ ਨੇ। ਬਾਬਾ ਬੰਦਾ ਸਿੰਘ ਬਹਾਦਰ ਦੇ ਪੈਰ ਇਸ ਧਰਤੀ 'ਤੇ ਪਏ ਹੋਏ ਨੇ। ਇਹ ਦੇਖੋ ਹੁਣ ਇਹ ਇੱਟਾਂ ਨਹੀਂ ਵਰਤੀਆਂ ਗਈਆਂ, ਇਹ ਪੱਥਰ ਵਰਤੇ ਹੋਏ ਨੇ। ਪੱਥਰ ਦੇ ਨਾਲ ਇਹ ਚੂਨੇ ਦੀ ਚਿਣਾਈ ਕੀਤੀ ਹੋਈ ਆ। ਦੇਖੋ ਕਿੰਨਾ ਸ਼ਾਨਦਾਰ ਇਹ ਬੁਰਜ ਹੈ। ਇਤਿਹਾਸਿਕ ਦਸਤਾਵੇਜ਼ਾਂ 'ਚ ਇਹ ਲਿਖਿਆ ਮਿਲਦਾ ਹੈ ਕਿ ਇਹ ਬੁਰਜ ਦੀ ਉਚਾਈ ਘੱਟੋ ਘੱਟ 30-35 ਫੁੱਟ ਉੱਚਾ। ਇਹ ਇੱਥੇ 1714 'ਚ ਮੌਜੂਦ ਸੀਗੇ ਬਾਬਾ ਬੰਦਾ ਸਿੰਘ ਬਹਾਦਰ। ਤੁਸੀਂ ਇੱਕ ਗੱਲ ਦੱਸੋ ਮੈਨੂੰ ਵੀ ਇਹ ਤੁਹਾਡੀ ਜ਼ਮੀਨ 'ਚ ਬਣਿਆ ਹੋਇਆ ਵੀ ਤੁਸੀਂ ਢਾਇਆ ਕਿਉਂ ਨਹੀਂ? ਢਾਇਆ ਨਿਸ਼ਾਨੀ ਪੁਰਾਣੇ ਜ਼ਮਾਨੇ ਦੀ। ਕਿਆ ਬਾਤ ਹੈ ਜੀ! ਦੇਖੋ ਇਹ ਸੋਚ, ਦੇਖੋ ਇਹਨਾਂ ਦੀ ਸੋਚ ਨੂੰ ਵੀ ਸਲੂਟ ਆ। ਅਸੀਂ ਕੀ ਕਰਦੇ ਹਾਂ, ਬਹੁਤੇ ਲੋਕ ਜਿਹੜੀਆਂ ਪੁਰਾਣੀਆਂ ਇਮਾਰਤਾਂ ਨੇ ਇਤਿਹਾਸ ਨਾਲ ਜੁੜੀਆਂ ਹੋਈਆਂ ਉਹਨਾਂ ਨੂੰ ਢਾ ਕੇ ਉੱਥੇ ਅਸੀਂ ਸੰਗਮਰਮਰ ਲਾ ਦਿੰਦੇ ਹਾਂ। ਇਹ ਦੇਖੋ ਇਹਨਾਂ ਦੀ ਸੋਚ, ਇਹਨਾਂ ਨੇ ਇੱਕ ਨਵੀਂ ਇੱਟ ਵੀ ਨਹੀਂ ਇੱਥੇ ਲਾਈ, ਇੱਕ ਪੱਥਰ ਵੀ ਨਹੀਂ ਉਖਾੜਿਆ। ਕੁਦਰਤ ਨੇ ਹੀ ਦੇਖੋ ਜਿਵੇਂ ਰੁੱਖ ਉਗਾਏ ਨੇ, ਇੱਥੇ ਤਰੇੜਾਂ ਪੈ ਗਈਆਂ ਨੇ। ਇਸ ਕੋ ਕੋਈ ਬੋਲੇ ਤਾਂ ਇਸ ਕੋ ਮਤ ਕਰਨਾ, ਤੋੜਨਾ ਮਤ ਆਪ, ਠੀਕ ਹੈ? ਇਸ ਕੋ ਪਤਾ ਨਹੀਂ ਕਿਤਨੀ ਦੁਆਏ ਆਪਕੋ ਮਿਲੇਗੀ ਇਸ ਚੀਜ਼ ਕੇ ਲੀਏ ਨਾ, ਕਿਉਂਕਿ ਇਹ ਦੇਖੋ ਪੈਸੇ ਸੇ ਬੜੀ ਚੀਜ਼ ਹੈ ਦੁਆਏ ਔਰ ਆਸ਼ੀਰਵਾਦ। ਇੱਥੋਂ ਚੱਲੇ ਹਾਂ ਹੁਣ ਅਸੀਂ। ਦੱਸਦੇ ਨੇ ਕਿ ਪੁਰਾਣੇ ਟਾਈਮਾਂ ਦੇ ਖੂਹ ਵੀ ਨੇ ਇੱਥੇ। ਉਹ ਖੂਹ ਨੇ ਭਾਈ ਲੱਖੀ ਸ਼ਾਹ ਵੰਜਾਰਾ ਨੇ ਬਣਾਏ ਸੀਗੇ। ਉਹ ਖੂਹ ਦਿਖਾਉਣ ਸਾਨੂੰ ਚੱਲੀ ਹੈ ਬੱਚੀ। ਇਹ ਦੇਖੋ ਪਿਆਰੀ ਜੀ ਬੱਚੀ, ਕੀ ਨਾਮ ਹੈ ਤੁਹਾਡਾ? ਨੈਣਾ। ਇਹ ਤੁਹਾਡਾ ਖੇਤ ਹੈ ਜੀ? ਇਹ ਲੋਕਲ ਨੇ ਇੱਥੋਂ ਅਤੇ ਇਹਨਾਂ ਦੇ ਖੇਤ 'ਚ ਹੈ ਇਹ ਖੂਹ। ਜਿਵੇਂ ਉਹ ਬੁਰਜ ਸੀਗਾ ਉਹ ਕਾਕਾ ਜੀ ਦੇ ਖੇਤ 'ਚ ਸੀ ਇਹਨਾਂ ਦੇ। ਇਹ ਦੱਸਦੇ ਨੇ ਕਿ ਬਹੁਤ ਡੂੰਘਾ ਹੈ ਇਹ ਪੱਥਰ ਮਾਰ ਕੇ ਸਾਨੂੰ ਦਿਖਾ ਰਹੇ ਸੀ। ਇੱਕ ਚੱਕਿਓ ਪੱਥਰ ਆਪਾਂ ਦੇਖੀਏ। ਕਹਿੰਦੇ ਨੇ ਕਿ ਪੱਥਰ ਜਿਵੇਂ ਮਾਰਦੇ ਹਾਂ ਤਾਂ ਬਹੁਤ ਲੇਟ ਪਹੁੰਚਦਾ ਹੈ ਪੱਥਰ। ਆਹ ਦੇਖੋ, ਸਾਨੂੰ ਸਿਰਫ ਪਿੰਡ ਦਾ ਨਾਮ ਪਤਾ ਹੈ ਇਤਿਹਾਸਿਕ ਦਸਤਾਵੇਜ਼ਾਂ 'ਚ ਪੜ੍ਹਿਆ ਪੁਰਾਣਿਆਂ 'ਚ। ਪਿੰਡ ਪਹਾੜਾਂ 'ਚ ਹੈ, ਕਹੇ ਜਿਹਾ ਪਿੰਡ ਆ, ਕਹੇ ਜਿਹੇ ਰਸਤੇ ਨੇ ਕੁਛ ਨਹੀਂ ਪਤਾ। ਰਸਤਿਆਂ 'ਚ ਉਹਨਾਂ 'ਚ ਗੱਡੀ ਜਾਊਗੀ ਵੀ ਜਾਂ ਨਹੀਂ ਜਾਊਗੀ ਹਜੇ ਕੁਛ ਨਹੀਂ ਪਤਾ। ਬਾਬਾ ਬੰਦਾ ਸਿੰਘ ਬਹਾਦਰ ਦਾ ਉਹ ਬੁਰਜ ਸਾਨੂੰ ਕਿਸ ਹਾਲ 'ਚ ਮਿਲੂਗਾ ਇਹ ਤਾਂ ਹੁਣ ਸਾਨੂੰ ਜਾ ਕੇ ਪਤਾ ਲੱਗੂਗਾ। ਪਰ ਅਸੀਂ ਸੁਣਿਆ ਹੈ ਕਿ ਉਹਦੇ 'ਤੇ ਬਹੁਤ ਵੱਡੀਆਂ ਵੱਡੀਆਂ ਤਰੇੜਾਂ ਆ ਚੁੱਕੀਆਂ ਨੇ। ਆਪਾਂ ਉਹ ਜਗ੍ਹਾ 'ਤੇ ਜਾ ਕੇ ਤੁਹਾਨੂੰ ਦਿਖਾਉਣੇ ਹਾਂ ਅਤੇ ਇਤਿਹਾਸ ਦੱਸਦੇ ਹਾਂ ਇਸ ਬੁਰਜ ਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੀਆਂ ਸਿੱਖ ਫੌਜਾਂ ਕਿਵੇਂ ਇੱਥੇ ਮੁਗਲਾਂ ਨਾਲ ਟੱਕਰ ਲੈਂਦੀਆਂ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਫਤਿਹ ਕੀਤਾ, ਵਜ਼ੀਰ ਖਾਨ ਨੂੰ ਮਾਰਨ ਤੋਂ ਬਾਅਦ ਆਹ ਇਲਾਕਿਆਂ 'ਚ ਰਹੇ ਨੇ ਬਾਬਾ ਬੰਦਾ ਸਿੰਘ ਬਹਾਦਰ। ਕਿੰਨਾ ਟਾਈਮ ਰਹੇ ਨੇ ਇੱਥੇ ਦੇ, ਕਦੋਂ ਆਏ ਨੇ? ਖਾਲਸਾ ਰਾਜ ਦੀ ਜਿਹੜੀ ਉਹਨਾਂ ਨੇ ਰਾਜਧਾਨੀ ਬਣਾਈ ਹੋਈ ਸੀ ਉਹ ਲੋਹਗੜ੍ਹ ਬਣਾਇਆ ਹੋਇਆ ਸੀ। ਉਹ ਲੋਹਗੜ੍ਹ ਵੀ ਪਹਾੜੀ ਇਲਾਕਿਆਂ 'ਚ ਸੀ। ਹੁਣ ਖਾਲਸਾ ਰਾਜ ਜਦੋਂ ਆਪਾਂ ਕਹਿੰਦੇ ਹਾਂ ਤਾਂ ਆਪਾਂ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਆਪਣੇ ਚੇਤਿਆਂ 'ਚ ਆ ਜਾਂਦਾ। ਪਰ ਜਿਹੜਾ ਪਹਿਲਾ ਖਾਲਸਾ ਰਾਜ ਕਾਇਮ ਕੀਤਾ ਸੀ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ ਸੀ। ਬਹੁਤ ਵੱਡਾ ਕਿਲਾ ਸੀ ਇੱਥੇ ਸਿੱਖਾਂ ਦਾ ਆਹ ਇਲਾਕਿਆਂ 'ਚ। ਉਹਦੇ ਘੱਟੋ ਘੱਟ 52 ਮੋਰਚੇ ਬਣਾਏ ਹੋਏ ਸੀ ਅਤੇ ਉਹਨਾਂ 'ਚੋਂ ਇੱਕ ਮੋਰਚੇ 'ਤੇ ਅੱਜ ਤੁਹਾਨੂੰ ਲੈ ਕੇ ਚੱਲੇ ਹਾਂ। ਬਹੁਤੇ ਤਾਂ ਹੁਣ ਢਹਿ ਗਏ, ਇੱਥੇ ਤੱਕ ਤਾਂ ਰੋਡ ਠੀਕ ਆ। ਅੱਗੇ ਦੇਖਦੇ ਹਾਂ ਹੁਣ ਅੱਗੇ, ਕਿਉਂਕਿ ਇਹ ਜਿਹੜਾ ਹੈ ਇਹ ਵੱਡਾ ਸ਼ਹਿਰ ਆ, ਇੱਥੇ ਤਾਂ ਰੋਡ ਮਤਲਬ ਪੂਰੀ ਆ, ਖੁੱਲ੍ਹੀ ਰੋਡ ਆ। ਹੁਣ ਅੱਗੇ ਜਿੱਥੇ ਆਪਾਂ ਜਾਣਾ ਹੈ ਉਹ ਹੈਗਾ ਇੱਕ ਪਿੰਡ ਛੋਟਾ ਜਿਹਾ। ਉੱਥੇ ਰੋਡ ਕਿਵੇਂ ਦੀ ਹੋਊਗੀ ਇਹ ਹੁਣ ਅੱਗੇ ਜਾ ਕੇ ਪਤਾ ਲੱਗੂ ਆਪਾਂ ਨੂੰ। ਹੁਣ ਆ ਗਏ ਅਸੀਂ ਪਿੰਡਾਂ 'ਚ, ਸ਼ਹਿਰ ਕ੍ਰੋਸ ਕਰ ਲਿਆ ਵੱਡਾ ਅਤੇ ਇੱਥੇ ਸੜਕਾਂ ਵੀ ਫਿਰ ਛੋਟੀਆਂ ਹੁੰਦੀਆਂ ਜਾ ਰਹੀਆਂ ਨੇ। ਹੁਣ ਪਿੰਡ ਚਾਹੇ ਪੰਜਾਬ ਦੇ ਹੋਣ ਚਾਹੇ ਬਾਹਰਲੇ ਸੂਬਿਆਂ ਦੇ, ਕਿਤੇ ਪਿੰਡਾਂ ਤੱਕ ਆਉਂਦੇ ਆਉਂਦੇ ਸੜਕਾਂ ਛੋਟੀਆਂ ਹੋ ਜਾਂਦੀਆਂ ਨੇ, ਪਰ ਦਿਲ ਪਿੰਡਾਂ ਵਾਲਿਆਂ ਦੇ ਬੜੇ ਵੱਡੇ ਹੁੰਦੇ ਨੇ। ਸੜਕਾਂ ਭਾਵੇਂ ਛੋਟੀਆਂ ਹੁੰਦੀਆਂ ਨੇ
ਹੁਣ ਉਹੀ ਗੱਲ ਆ ਗੂਗਲ ਮੈਪ ਇੱਥੇ ਆ ਕੇ ਸਾਰੇ ਗੂਗਲ ਮੈਪ ਫੇਲ ਹੋ ਜਾਂਦੇ ਨੇ ਹੁਣ ਗੂਗਲ ਮੈਪ ਦਿਖਾ ਰਿਹਾ ਸੀ ਸਾਨੂੰ ਉੱਪਰ ਉੱਪਰ ਆ ਗਏ ਅਸੀਂ ਜਮਾ ਪਹਾੜ ਦੀ ਚੋਟੀ ਤੇ ਆ ਦੇਖੋ ਮੱਝਾਂ ਬੰਨੀਆਂ ਹੋਈਆਂ ਪੁੱਛਿਆ ਸੀ ਇੱਥੋਂ ਆ ਬੱਚੀਆਂ ਜਾ ਰਹੀਆਂ ਨੇ ਸਕੂਲ ਵਾਲੀਆਂ ਇਹਨਾਂ ਤੋਂ ਪੁੱਛਿਆ ਇਹਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਇੱਕ ਦੋ ਪਿੰਡ ਅੱਗੇ ਲੰਘਿਆ ਹੈ ਹੁਣ ਵਾਪਸ ਚੱਲਦੇ ਹਾਂ ਹੁਣ ਇੱਥੋਂ ਆਪਾਂ ਨੂੰ ਦੇਖਣਾ ਪੈਣਾ ਪੁੱਛਣਾ ਪੈਣਾ ਹੁਣ ਇੱਥੇ ਇਹਨਾਂ ਨੂੰ ਪੁੱਛਦੇ ਹਾਂ ਭਵਾਨਾ ਪਿੰਡ ਜਾਣਾ ਹੈ ਜੀ ਅੱਛਾ ਇਸ ਗਾਓ ਸੇ ਅਗਲਾ ਗਾਓ ਠੀਕ ਹੈ ਜੀ ਧੰਨਵਾਦ ਜਿਵੇਂ ਆਪਾਂ ਗੱਲ ਕਰ ਰਹੇ ਸੀ ਵੀ ਇੱਕ ਹਾਈਵੇ ਤੋਂ ਆਏ ਹਾਂ ਆਪਾਂ ਸੜਕ ਅੱਗੇ ਆ ਕੇ ਹੋਰ ਭੀੜੀ ਹੋ ਗਈ ਸੀ ਹੁਣ ਇੱਥੇ ਦੇਖੋ ਜਮਾ ਇੱਕ ਆਹ ਇੱਕ ਖੱਡ ਦੀ ਤਰ੍ਹਾਂ ਹੈ ਇੱਥੇ ਨੀਵੇਂ ਹੁੰਦੇ ਜਾ ਰਹੇ ਨੇ ਪਿੰਡ ਆਹ ਦੇਖੋ ਸੜਕਾਂ ਅੱਗੇ ਆਹ ਇੱਥੋਂ ਕਿਸੇ ਟਾਈਮ ਤੇ ਹੁਣ ਜਿਵੇਂ ਬਰਸਾਤਾਂ ਦੇ ਮੌਸਮ ਨੇ ਉਦੋਂ ਇਹ ਪਹਾੜ ਟੁੱਟ ਟੁੱਟ ਕੇ ਸੜਕਾਂ ਤੇ ਆ ਜਾਂਦੇ ਨੇ ਛੋਟਾ ਇਲਾਕਾ ਹੈ ਕੋਈ ਟੂਰਿਸਟ ਇਲਾਕਾ ਨਹੀਂ ਹੈ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਕੀ ਸੋਚ ਰਹੀ ਹੋਊਗੀ ਹੁਣ ਅਸੀਂ ਪਹੁੰਚ ਗਏ ਹਾਂ ਪਿੰਡ ਪਰ ਗੱਡੀ ਸਾਨੂੰ ਇੱਥੇ ਖੜੀ ਕਰਨੀ ਪੈਣੀ ਹੈ ਕਿਉਂਕਿ ਇਸ ਤੋਂ ਅੱਗੇ ਗੱਡੀ ਜਾਣੀ ਨਹੀਂ ਹੈ ਰਸਤਾ ਕਾਫੀ ਛੋਟਾ ਹੈ ਹੁਣ ਇੱਥੇ ਕਿਸੇ ਨੂੰ ਪੁੱਛਣਾ ਪੈਣਾ ਕਿ ਇੱਥੇ ਲੱਭਣੀ ਪੈਣੀ ਹੈ ਇੱਥੇ ਜਗ੍ਹਾ ਕਿ ਉਹ ਬੁਰਜ ਬਾਬਾ ਬੰਦਾ ਸਿੰਘ ਬਹਾਦਰ ਦਾ ਹੈ ਕਿੱਥੇ ਆ ਐਂ ਤਾਂ ਔਖਾ ਹੈ ਪਿੰਡ ਤਾਂ ਇਹੀ ਲਿਖਿਆ ਹੋਇਆ ਹੈ ਇਤਿਹਾਸ 'ਚ ਐਂ ਆਪ ਦੇ ਆਪ ਤਾਂ ਲੱਭਣਾ ਔਖਾ ਹੈ ਅਤੇ ਇੱਥੇ ਪੁੱਛਣਾ ਪੈਣਾ ਹੁਣ ਕਿਸੇ ਨੂੰ ਕਿ ਉਹ ਬੁਰਜ ਹੈ ਕਿੱਥੇ ਆ ਪੁੱਛਦੇ ਹਾਂ ਫਿਰ ਕਿਸੇ ਨੂੰ ਇਹ ਭਵਾਨਾ ਗਾਓ ਹੀ ਹੈ ਨਾ ਅੱਛਾ ਅੱਛਾ ਯਹਾਂ ਨਾ ਇੱਕ ਪੁਰਾਣੀ ਜਗ੍ਹਾ ਹੈ ਕੋਈ ਕਿਲਾ ਟਾਈਪ ਉਹ ਸਿੱਖੋ ਕੀ ਅੱਗੇ ਮੋਟਰਸਾਈਕਲ ਖੜਾ ਨਾ ਹਾਂ ਹਾਂ ਇਸਕੇ ਸਾਥ ਮੇਂ ਗਲੀ ਗਈ ਅੰਦਰ ਵੋ ਅੱਛਾ ਸਿੱਧੀ ਕਿਲੇ ਕੇ ਪਾਸ ਠੀਕ ਠੀਕ ਹੈ ਧੰਨਵਾਦ ਜੀ ਇਹਦਾ ਮਤਲਬ ਇਤਿਹਾਸ ਬਾਰੇ ਇਹ ਜਗ੍ਹਾ ਬਾਰੇ ਇੱਥੋਂ ਪਿੰਡ ਦੇ ਲੋਕਾਂ ਨੂੰ ਪਤਾ ਹੈ ਜਿਵੇਂ ਅਸੀਂ ਪਹਿਲੇ ਹੀ ਬੰਦੇ ਨੂੰ ਪੁੱਛਿਆ ਅਤੇ ਉਹਨਾਂ ਨੇ ਦੱਸਤਾ ਕਿ ਇੱਧਰ ਹੈ ਉਹ ਜਗ੍ਹਾ ਕਿਲਾ ਕਿੱਧਰ ਹੈ ਜੀ ਇੱਧਰ ਅੱਗੇ ਧੰਨਵਾਦ ਜੀ ਦੇਖੋ ਕਿਲੇ ਕਿਲਾ ਕਿਲੇ ਦੇ ਨਾਮ ਨਾਲ ਜਾਣਦੇ ਨੇ ਲੋਕ ਛੋਟੀਆਂ ਛੋਟੀਆਂ ਇਹ ਗਲੀਆਂ ਨੇ ਕੀ ਸੋਚ ਰਹੀ ਹੋਣੀ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਕਿ ਇਹ ਜਗ੍ਹਾ 'ਤੇ ਉਹ ਆਏ ਇਹ ਮੈਨੂੰ ਲੱਗ ਰਹੀ ਹੈ ਦੇਖੋ ਇਮਾਰਤ ਪਰ ਇਹਦਾ ਰਸਤਾ ਕਿੱਧਰ ਦੀ ਹੈ ਹੁਣ ਇਹ ਦੇਖਣਾ ਪੈਣਾ ਕਿਲੇ ਕੋ ਕਿਲੇ ਇਹ ਦੇਖਣਾ ਹੈ ਰਸਤਾ ਇੱਧਰ ਹੀ ਹੈ ਯਹਾਂ ਸੇ ਆਉਣਾ ਪੜੇਗਾ ਇਹ ਮੈਨੂੰ ਲੱਗਦਾ ਕਿਸੇ ਦਾ ਘਰ ਹੈ ਕਿਸੇ ਦੀ ਪਰਸਨਲ ਪ੍ਰੋਪਰਟੀ ਆ ਹੁਣ ਇਹ ਲੱਗਦਾ ਸਤਿ ਸ਼੍ਰੀ ਅਕਾਲ ਜੀ ਇਹ ਪਰਸਨਲ ਪ੍ਰੋਪਰਟੀ ਹੈ ਕਿਸੇ ਦੀ ਅੱਛਾ ਤੁਹਾਡੀ ਹੈ ਠੀਕ 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 ਇਹ ਦੇਖੋ ਜੀ ਇਹ ਅਸੀਂ ਪਹੁੰਚ ਗਏ ਹਾਂ ਇਹ ਆ ਉਹ ਬੁਰਜ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਉਹ ਬੁਰਜ ਤਾਂ ਅਖੀਰਕਾਰ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਉਹ ਬੁਰਜ 'ਤੇ ਪਹੁੰਚ ਚੁੱਕੇ ਹਾਂ ਮੈਂ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦਾ ਕਿ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਆ ਇਹ ਬੁਰਜ ਨੂੰ ਦੇਖਦਿਆਂ ਹੋਇਆਂ ਇਹ ਬੁਰਜ ਦਾ ਜ਼ਿਕਰ ਮੁਗਲਾਂ ਵੇਲੇ ਦੇ ਇੱਕ ਦਸਤਾਵੇਜ਼ ਅਖਬਾਰਾ ਦਰਬਾਰੇ ਮੌਲਾ 'ਚ ਮਿਲਦਾ ਹੈ ਉਹਦੇ 'ਚ ਲਿਖਿਆ ਗਿਆ ਹੈ ਕਿ 1714 'ਚ ਬਾਬਾ ਬੰਦਾ ਸਿੰਘ ਬਹਾਦਰ ਭਵਾਨਾ ਨਾਮ ਦੀ ਇੱਕ ਜਗ੍ਹਾ
ਇਹ ਬੁਰਜ ਦਾ ਸਪੈਸ਼ਲ ਜ਼ਿਕਰ ਕੀਤਾ ਹੋਇਆ ਹੈ ਮੁਗਲਾਂ ਨੇ ਆਪਦੇ ਦਸਤਾਵੇਜ਼ਾਂ 'ਚ, ਕਿਉਂਕਿ ਮੁਗਲ ਜਿਹੜੇ ਸਿਪਾਹੀ ਹੁੰਦੇ ਸੀ ਇੱਥੋਂ ਰਿਪੋਰਟਾਂ ਭੇਜਦੇ ਸੀ। ਬਾਬਾ ਬੰਦਾ ਸਿੰਘ ਬਹਾਦਰ ਦਾ ਐਡਾ ਖੌਫ ਸੀ ਬਾਦਸ਼ਾਹ ਨੂੰ, ਸਾਰੀਆਂ ਰਿਪੋਰਟਾਂ ਜਾਂਦੀਆਂ ਸੀ ਕਿ ਕਿੱਥੇ ਆ ਹੁਣ ਬਾਬਾ ਬੰਦਾ ਸਿੰਘ ਬਹਾਦਰ। ਇਹ ਬੁਰਜ ਬਾਰੇ ਜਿਹੜੀਆਂ ਰਿਪੋਰਟਾਂ ਭੇਜੀਆਂ ਸੀ ਇੱਥੋਂ ਮੁਗਲਾਂ ਦੇ ਜਾਸੂਸਾਂ ਨੇ, ਲਿਖਿਆ ਗਿਆ ਸੀ ਕਿ ਭਵਾਨਾ 'ਚ ਇੱਕ 30-35 ਫੁੱਟ ਉੱਚਾ ਬੁਰਜ ਹੈ, ਬਾਬਾ ਬੰਦਾ ਸਿੰਘ ਬਹਾਦਰ ਨੇ ਉਹਦੇ ਉੱਤੇ ਤੋਪ ਰੱਖੀ ਹੋਈ ਆ। ਇਹ ਦੇਖੋ ਹੁਣ ਇਹ ਇੱਟਾਂ ਨਹੀਂ ਵਰਤੀਆਂ ਗਈਆਂ, ਇਹ ਪੱਥਰ ਵਰਤੇ ਹੋਏ ਨੇ, ਪੱਥਰ ਦੇ ਨਾਲ ਇਹ ਚੂਨੇ ਦੀ ਚਿਣਾਈ ਕੀਤੀ ਹੋਈ ਆ। ਦੇਖੋ ਕਿੰਨਾ ਸ਼ਾਨਦਾਰ ਇਹ ਬੁਰਜ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਨਾਂਦੇੜ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਭੇਜਿਆ ਸੀ ਪੰਜਾਬ, ਤਾਂ ਮੁਗਲਾਂ ਦੇ ਤਖਤਾਂ ਨੂੰ ਮਿੱਟੀ 'ਚ ਮਿਲਾ ਕੇ ਸਡੌਰਾ, ਸਮਾਣਾ, ਕਪੂਰੀ ਜਿੱਤ ਕੇ ਬਾਬਾ ਬੰਦਾ ਸਿੰਘ ਬਹਾਦਰ ਹਿਮਾਚਲ ਦੀ ਇਹ ਧਰਤੀ 'ਤੇ ਆਏ ਸੀਗੇ। ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ, ਅਤੇ ਲੋਹਗੜ੍ਹ ਤੋਂ ਹੀ ਸਰਹੰਦ ਜਿੱਤਣ ਦੀ ਫਿਰ ਤਿਆਰੀ ਕੀਤੀ ਗਈ ਸੀ। ਕਹਿੰਦੇ ਨੇ ਕਿ ਉਸ ਸਮੇਂ ਸਰਹੰਦ ਨੂੰ ਮਿੱਟੀ 'ਚ ਮਿਲਾ ਕੇ ਪਾਪੀ ਵਜ਼ੀਦ ਖਾਨ ਨੂੰ ਸੋਧਾ ਲਾ ਕੇ, ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲਾ ਪਾਪੀ ਵਜ਼ੀਦ ਖਾਨ, ਉਹਨੂੰ ਸੋਧਾ ਲਾ ਕੇ ਬਾਬਾ ਬੰਦਾ ਸਿੰਘ ਬਹਾਦਰ 20 ਗੱਡੇ ਪੈਸਿਆਂ ਦੇ ਭਰ ਕੇ, ਸੋਨੇ ਚਾਂਦੀ ਦੇ ਭਰ ਕੇ ਵਜ਼ੀਦ ਖਾਨ ਨੂੰ ਲੁੱਟ ਕੇ ਲੋਹਗੜ੍ਹ ਲੈ ਕੇ ਆਏ ਸੀਗੇ। ਲੋਹਗੜ੍ਹ ਬਾਬਾ ਬੰਦਾ ਸਿੰਘ ਬਹਾਦਰ ਤਕਰੀਬਨ 3-4 ਸਾਲ ਰਹੇ ਨੇ। ਦਿੱਲੀ ਦੇ ਤਖਤ ਨੂੰ ਜਦੋਂ ਪਤਾ ਲੱਗਦਾ ਹੈ, ਮੁਗਲ ਬਾਦਸ਼ਾਹ ਨੂੰ ਜਦੋਂ ਪਤਾ ਲੱਗਦਾ ਹੈ ਕਿ ਪੰਜਾਬ 'ਚ ਗੁਰੂ ਦਾ ਥਾਪਿਆ ਹੋਇਆ ਇੱਕ ਸਿੰਘ ਮੇਰੀ ਹਕੂਮਤ ਨੂੰ ਮਿੱਟੀ 'ਚ ਮਿਲਾ ਰਿਹਾ ਹੈ, ਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜਨ ਦੀਆਂ ਚਾਲਾਂ ਫਿਰ ਚੱਲਣੀਆਂ ਸ਼ੁਰੂ ਹੋ ਗਈਆਂ। ਕਹਿੰਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਮੁਗਲਾਂ ਨੂੰ ਸੌਣ ਨਹੀਂ ਦਿੱਤਾ, ਨੀਂਦ ਹਰਾਮ ਕਰ ਦਿੱਤੀ ਸੀ। 1713 'ਚ ਬਾਬਾ ਬੰਦਾ ਸਿੰਘ ਬਹਾਦਰ ਨੇ ਲੋਹਗੜ੍ਹ ਦਾ ਕਿਲਾ ਛੱਡਿਆ, ਅਤੇ 1714 'ਚ ਇਸ ਜਗ੍ਹਾ 'ਤੇ ਆਏ ਨੇ ਬਾਬਾ ਬੰਦਾ ਸਿੰਘ ਬਹਾਦਰ। ਇਤਿਹਾਸਿਕ ਦਸਤਾਵੇਜ਼ਾਂ 'ਚ ਇਹ ਲਿਖਿਆ ਮਿਲਦਾ ਹੈ ਕਿ ਇਹ ਬੁਰਜ ਦੀ ਉਚਾਈ ਘੱਟੋ ਘੱਟ 30-35 ਫੁੱਟ ਉੱਚਾ ਹੈ, ਇਹ ਪੱਥਰ ਨਾਲ ਇਹ ਬਣਿਆ ਹੋਇਆ ਹੈ। ਹੁਣ ਦੇਖੋ ਇਹ 'ਚ ਦਰਖਤ ਉੱਗ ਆਏ ਨੇ, ਕਿੰਨੀਆਂ ਹੀ ਜੰਗਾਂ ਦਾ ਇਹ ਗਵਾਹ ਰਿਹਾ ਹੋਊਗਾ ਬੁਰਜ। ਇਹ ਬੁਰਜ ਦੇ ਉੱਤੇ ਇੱਕ ਖਾਲੀ ਥਾਂ ਬਣਿਆ ਹੋਇਆ ਹੈ ਜਿਹਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਆਪਣੀਆਂ ਤੋਪਾਂ ਖੜੀਆਂ ਕਰਦੇ ਸੀ। ਇੰਨਾ ਉੱਚਾ ਇਹਨੂੰ ਬਣਾਇਆ ਗਿਆ ਸੀ ਤਾਂ ਕਿ ਇੱਥੋਂ ਮੁਗਲਾਂ ਦੀ ਹਰ ਹਰਕਤ 'ਤੇ ਨਜ਼ਰ ਰੱਖੀ ਜਾਵੇ। ਪੂਰਾ ਇਹ ਪਹਾੜੀ ਇਲਾਕਾ ਹੈ, 1.5 ਕਨਾਲ 'ਚ ਇਹ ਬੁਰਜ ਬਣਿਆ ਹੋਇਆ ਹੈ, ਅਤੇ ਜਿਹੜਾ ਪੂਰਾ ਇੱਥੇ ਕਿਲਾ ਦੱਸਦੇ ਨੇ ਉਹ 15-16 ਕਿੱਲਿਆਂ 'ਚ ਇਹ ਕਿਲਾ ਫੈਲਿਆ ਹੋਇਆ ਸੀ। ਬਾਬਾ ਬੰਦਾ ਸਿੰਘ ਬਹਾਦਰ ਤੋਂ ਇੰਨਾ ਡਰਦੇ ਸੀ ਮੁਗਲ, ਉਹਨਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਉਹਨਾਂ ਦੇ ਸਾਰੇ ਕਿਲੇ ਢਹਿ ਢੇਰੀ ਕਰ ਦਿੱਤੇ ਗਏ। ਇਹ ਬੁਰਜ ਅੱਜ ਬਚਿਆ ਹੋਇਆ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਨਿਸ਼ਾਨੀ, ਅਤੇ ਇਤਿਹਾਸ 'ਚ ਇਹ ਦਰਜ ਆ ਕਿ ਇਹ ਬੁਰਜ ਨੂੰ ਇੱਕ ਪੱਕੀ ਪੌੜੀ ਜਾਂਦੀ ਸੀ। ਇਹ ਆਓ ਪੌੜੀ ਦੇਖੋ, ਹੁਣ ਇੱਥੇ ਇੱਕ ਵੱਡਾ ਦਰਖਤ ਉੱਗਿਆ ਹੈ, ਪਰ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਜੇ ਥੋੜ੍ਹਾ ਮੋਟਾ ਆਪਾਂ ਦੇਖ ਸਕੀਏ। ਕਹਿੰਦੇ ਨੇ ਕਿ ਇਹਦੇ ਉੱਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਤੋਪ ਖੜੀ ਕੀਤੀ ਹੁੰਦੀ ਸੀ, ਅਤੇ ਇੱਥੋਂ ਸਿੱਖ ਫਿਰ ਆਪਦੀ ਬਾਜ ਵਾਲੀ ਨਜ਼ਰ ਨਾਲ ਮੁਗਲਾਂ 'ਤੇ ਨਜ਼ਰ ਰੱਖਦੇ ਸੀ ਦੂਰੋਂ ਦੂਰੋਂ ਕਿ ਕੋਈ ਆ ਤਾਂ ਨਹੀਂ ਰਿਹਾ। ਇੱਥੋਂ ਪਤਾ ਹੀ ਨਹੀਂ ਕਿੰਨੇ ਕੁ ਮੁਗਲ ਉਡਾਏ ਹੋਣੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ। ਇਹ ਉਹ ਪੱਕੀ ਕਾਫੀ ਵੱਡੀ ਪੌੜੀ ਆ, ਇਹ ਕਾਫੀ ਚੌੜੀ ਪੌੜੀ ਆ। ਹੁਣ ਕਿਉਂਕਿ ਇੱਥੇ ਕਾਫੀ ਝਾੜੀਆਂ ਇੱਥੇ ਉਗਾਈਆਂ ਨੇ, ਇਸ ਕਰਕੇ ਪੌੜੀ ਨਜ਼ਰ ਨਹੀਂ ਆ ਰਹੀ, ਪਰ ਇੱਥੋਂ ਕਿੰਨੇ ਹੀ ਸਿੰਘ ਉੱਪਰ ਗਏ ਹੋਣੇ ਨੇ। ਬਾਬਾ ਬੰਦਾ ਸਿੰਘ ਬਹਾਦਰ ਦੇ ਪੈਰ ਇਸ ਧਰਤੀ 'ਤੇ ਪਏ ਹੋਏ ਨੇ। ਇੱਥੇ 1714 'ਚ ਮੌਜੂਦ ਸੀਗੇ ਬਾਬਾ ਬੰਦਾ ਸਿੰਘ ਬਹਾਦਰ। ਗੁਰੂ ਗੋਬਿੰਦ ਸਿੰਘ ਜੀ ਨੇ ਥਾਪੜਾ ਦੇ ਕੇ, ਜਿਨ੍ਹਾਂ ਨੂੰ ਨਾਂਦੇੜ ਦੀ ਧਰਤੀ ਤੋਂ ਭੇਜਿਆ ਸੀ ਪੰਜਾਬ, ਜਦ ਉਹ ਆਉਂਦੇ ਨੇ ਸਡੌਰਾ, ਕਪੂਰੀ, ਸਮਾਣਾ, ਮੁਗਲਾਂ ਦੇ ਕਿੰਨੇ ਹੀ ਇਲਾਕਿਆਂ ਨੂੰ ਮਿੱਟੀ 'ਚ ਮਿਲਾ ਦਿੰਦੇ ਨੇ, ਉਸ ਤੋਂ ਬਾਅਦ ਲੋਹਗੜ੍ਹ ਆ ਕੇ ਫਿਰ ਸਰਹੰਦ ਜਿੱਤਣ ਦੀ ਉਹ ਤਿਆਰੀ ਕਰਦੇ ਨੇ। ਲੋਹਗੜ੍ਹ ਤੋਂ ਬਾਅਦ ਫਿਰ ਉਹ ਜਾਂਦੇ ਨੇ ਛੱਪੜਚਿੜੀ, ਜਿੱਥੇ ਜੰਗ ਹੁੰਦੀ ਆ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲਾ ਵਜ਼ੀਦ ਖਾਨ, ਪਾਪੀ ਵਜ਼ੀਦ ਖਾਨ ਅਤੇ ਸੁੱਚਾ ਨੰਦ ਨੂੰ ਸੋਧਾ ਲਾ ਕੇ ਫਿਰ ਪਹਿਲਾ ਖਾਲਸਾ ਰਾਜ ਸਰਹੰਦ 'ਚ ਸਥਾਪਿਤ ਕਰਦੇ ਨੇ ਬਾਬਾ ਬੰਦਾ ਸਿੰਘ ਬਹਾਦਰ। ਉਦੋਂ ਬਾਅਦ ਫਿਰ ਆਉਂਦੇ ਨੇ ਲੋਹਗੜ੍ਹ, ਲੋਹਗੜ੍ਹ ਨੂੰ ਬਣਾਉਂਦੇ ਨੇ ਖਾਲਸਾ ਰਾਜ ਦੀ ਰਾਜਧਾਨੀ। ਕਹਿੰਦੇ ਨੇ ਕਿ ਸਰਹੰਦ ਤੋਂ ਘੱਟੋ ਘੱਟ 20-30 ਗੱਡੇ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਦ ਖਾਨ ਤੋਂ ਮਾਲ ਲੁੱਟ ਕੇ, ਜਿਹੜਾ ਬਣਦਾ ਸੀ 3 ਕਰੋੜ ਦੇ ਭਰੇ ਹੋਏ ਗੱਡੇ
सरहंद तो फिर लोहगढ़ लियांदे सी खालसा राज की राजधानी। जब मुगलों के तख्त ढहण की खबर दिल्ली बादशाह को पहुँचती है तो वह तिलमिला उठता है तो फौजा भेज दिंदा है लोहगढ़ के किले वल। मुगल फौजा घट्टो घट्ट 5-6 साल जद्दोजहद कर दियां रहियां सी पर बाबा बंदा सिंह बहादुर नूं फड़ नहीं सकियां सी। दूरों इदां दा दिखदा है बुरज, ये जिहड़ा बुरज आ ਇਹ ਇਹਨਾਂ ਦੀ ਜ਼ਮੀਨ 'ਚ ਬਣਿਆ ਹੋਇਆ ਹੈ। ਇਹ ਬਾਬਾ ਜੀ ਤੁਹਾਡਾ ਨਾਮ ਕੀ ਹੈ? ਸ਼ਾਮ ਲਾਲ। ਇਹ ਸ਼ਾਮ ਲਾਲ ਜੀ ਦੀ ਜ਼ਮੀਨ 'ਚ ਬਣਿਆ ਹੋਇਆ ਹੈ। ਅਤੇ ਤੁਸੀਂ ਇੱਕ ਗੱਲ ਦੱਸੋ ਮੈਨੂੰ ਵੀ ਇਹ ਤੁਹਾਡੀ ਜ਼ਮੀਨ 'ਚ ਬਣਿਆ ਹੋਇਆ ਵੀ ਤੁਸੀਂ ਢਾਇਆ ਕਿਉਂ ਨਹੀਂ? ਨਿਸ਼ਾਨੀ ਪੁਰਾਣੇ ਜ਼ਮਾਨੇ ਦੀ। ਕਿਆ ਬਾਤ ਹੈ ਜੀ, ਦੇਖੋ ਇਹ ਸੋਚ, ਦੇਖੋ ਇਹਨਾਂ ਦੀ ਸੋਚ ਨੂੰ ਵੀ ਸਲੂਟ ਆ। ਕਦੀ ਇਹ ਪੱਥਰ ਵਾਲੇ ਮੰਗ ਰਹੇ ਸੀ ਗੱਡੀਆਂ ਵਾਲੇ ਇਹ ਗੱਡੀਆਂ ਵਾਲੇ ਮੰਗ ਰਹੇ ਸੀ ਪੱਥਰ ਥੋੜੀ ਰੋੜੀ ਆਡੀ ਨੇ ਚਾਹੀਏ ਵੀ ਮੰਨੇ। ਇਹ ਦੇਖੋ ਇੱਕ, ਕਿਆ ਬਾਤ ਹੈ ਜੀ, ਸਲੂਟ ਹੈ ਤੁਹਾਨੂੰ। ਇਹ ਦੇਖੋ ਭਾਈ ਸਾਹਿਬ ਚਾਹ ਬਣਾ ਕੇ ਲਿਆਏ ਨੇ ਸਾਡੇ ਵਾਸਤੇ। ਇਹਨਾਂ ਦੀ ਜ਼ਮੀਨ ਆ, ਇਹ ਬਾਬਾ ਜੀ ਦੇ ਇਹ ਬੇਟੇ ਨੇ, ਤੁਸੀਂ ਬੇਟੇ ਹੋ ਇਹਨਾਂ ਦੇ? ਤੁਹਾਡਾ ਕੀ ਨਾਮ ਹੈ? ਕਾਕਾ ਰਾਮ। ਇਹ ਕਾਕਾ ਰਾਮ ਜੀ ਚਾਹ ਬਣਾ ਕੇ ਲਿਆਏ ਨੇ ਸਾਡੇ ਵਾਸਤੇ। ਇਹਨਾਂ ਦੀ ਜ਼ਮੀਨ 'ਚ ਹੈ ਬੁਰਜ। ਹੁਣ ਸੋਚ ਦੇਖੋ ਇਹਨਾਂ ਦੀ ਸੋਚ ਨੂੰ ਵੀ ਸਲੂਟ ਆ। ਅਸੀਂ ਕੀ ਕਰਦੇ ਹਾਂ, ਬਹੁਤੇ ਲੋਕ ਜਿਹੜੀਆਂ ਪੁਰਾਣੀਆਂ ਇਮਾਰਤਾਂ ਨੇ ਇਤਿਹਾਸ ਨਾਲ ਜੁੜੀਆਂ ਹੋਈਆਂ ਉਹਨਾਂ ਨੂੰ ਢਾ ਕੇ ਉੱਥੇ ਅਸੀਂ ਸੰਗਮਰਮਰ ਲਾ ਦਿੰਦੇ ਹਾਂ। ਇਹ ਦੇਖੋ ਇਹਨਾਂ ਦੀ ਸੋਚ, ਇਹਨਾਂ ਨੇ ਇੱਕ ਨਵੀਂ ਇੱਟ ਵੀ ਨਹੀਂ ਇੱਥੇ ਲਾਈ, ਇੱਕ ਪੱਥਰ ਵੀ ਨਹੀਂ ਉਖਾੜਿਆ। ਕੁਦਰਤ ਨੇ ਹੀ ਦੇਖੋ ਜਿਵੇਂ ਰੁੱਖ ਉਗਾਏ ਨੇ, ਇੱਥੇ ਤਰੇੜਾਂ ਪੈ ਗਈਆਂ ਨੇ, ਪਰ ਇਹਨਾਂ ਨੇ ਇੱਕ ਇੱਟ ਵੀ ਨਹੀਂ ਉਖਾੜੀ। ਗੁਰੂ ਨਾਨਕ ਕੇ ਟਾਈਮ ਕੀ ਆ? ਇਹ ਦੇਖੋ ਕਿਆ ਬਾਤ ਹੈ। ਤਾਂ ਆਪਕੋ ਇਹ ਕਿਸ ਨੇ ਬਤਾਇਆ ਕਿ ਇਹ ਗੁਰੂ ਨਾਨਕ ਕੇ ਵੇਲੇ ਕਾ ਹੈ? पुराने जो बुजुर्ग थे उन्होंने बताया। अच्छा, अच्छी बात है आपने ये मतलब बचा के रखा हुआ है, बहुत अच्छी बात है। नहीं तो लोग किसी की इतनी जमीन में आया हो ना, वो बोलता है कि मैं तो कुछ उगाऊंगा यहाँ पे, आप है ना। आसपास भी फिर आपकी और कितनी जमीन है इधर? सारी थोड़ी है। अच्छा, इसको कोई बोले तो इसको वो मत करना, तोड़ना मत आप, ठीक है? इसकी तो पता नहीं कितनी दुआएं आपको मिलेंगी इस चीज़ के लिए ना, क्योंकि ये देखो पैसे से बड़ी चीज़ है दुआएं और आशीर्वाद। क्योंकि ये तो मतलब शहीदों की जगह है ये, है ना। हाँ, जंगले वाली तो लग जाए। कोई सरकार का तो नहीं आया कि इसकी सफाई करवा देते हैं या कुछ ऐसा? चलो, आपने बचा के रखा हुआ है, आपको धन्यवाद। अच्छी बात है आपने बचा के रखा हुआ है। यहाँ और भी हैं ऐसे आप बता रहे थे ना? इधर आपके गांव में ही है वो भी वैसी पड़ी है? नहीं, वो भी वैसी पड़ी है जैसी पहले थी। कुआं भी है यहाँ? इतो चले हूँ अस दस दिन के पुराने टाइमों के खूह भी ने इतने। वो खूह ने भाई लक्खी शाह बंजारा ने बनाए थे। वो खूह दिखाने सानू चली है बच्ची, ये देखो प्यारी जी बच्ची। की नाम है थोड़ा? नैना। नैना दे पापा ने ड्यूटी लाई है। नैना दे पापा, की नाम है पापा का? काका जी। ये उही ने जिन्हां दी जमीन च ये बुरज इस टाइम ते हैगा। ਬੜੇ ਨੇਕ ਬੰਦੇ ਨੇ, ਉਹਨਾਂ ਨੇ ਡਿਊਟੀ ਲਾਈ ਆ ਆਪਣੀ ਬੱਚੀ ਦੀ, ਨੈਣਾ ਦੀ ਡਿਊਟੀ ਲਾਈ ਆ। ਨੈਣਾ ਹੁਣ ਸਾਨੂੰ ਖੂਹ ਦਿਖਾ ਕੇ ਲਿਆਓ, ਹੈ ਨਾ। ਨੇੜੇ ਹੀ ਆ ਇੱਥੋਂ ਕਿ ਦੂਰ ਹੈ? ਨੇੜੇ ਹੀ ਆ। ਪੰਜਾਬੀ ਬੋਲ ਲੈਂਦੇ ਹੋ? ਹੈ, ਪੰਜਾਬੀ ਨਹੀਂ ਬੋਲਦੇ? ਸਮਝ ਲੈਂਦੇ ਹੋ ਪੰਜਾਬੀ? ਇਹ ਚੀਜ਼ ਆ ਦੇਖੋ, ਲੋਕਾਂ ਨੇ ਇੱਧਰ ਇਤਿਹਾਸ, ਹਾਲਾਂਕਿ ਇਹਨਾਂ ਦਾ ਨਹੀਂ ਹੈ ਪਰ ਇਹਨਾਂ ਨੇ ਬਚਾ ਕੇ ਰੱਖਿਆ ਹੋਇਆ ਹੈ। ਇਹ ਚੀਜ਼ ਲਈ ਇਹਨਾਂ ਨੂੰ ਸ਼ਾਬਾਸ਼ੀ ਦੇਣੀ ਬਣਦੀ ਆ। ਇਹ ਕੋਈ ਮੰਦਰ ਲੱਗਦਾ ਹੈ, ਕਿਆ ਹੈ? ਅੱਛਾ, ਪੰਚ ਪੀਰ ਦਾ ਇਹ ਮੰਦਰ ਆ। ਇਹ ਇਹਨਾਂ ਦੀ ਇੱਥੋਂ ਹਿੰਦੂ ਭਰਾਵਾਂ ਦੀ ਮਾਨਤਾ ਹੋਊਗੀ ਇੱਥੇ ਪਹਾੜੀ ਇਲਾਕਿਆਂ 'ਚ। ਅੱਗੇ ਖੂਹ ਦੱਸਦੇ ਨੇ ਇੱਥੇ, ਇੱਦਾਂ ਦੇ ਖੂਹ ਹੋਰ ਵੀ ਬਹੁਤ ਲਗਾਏ ਸੀ ਕਿਉਂਕਿ ਜਿੱਥੇ ਹੁਣ ਸਿੱਖ ਫੌਜਾਂ ਰੁਕਦੀਆਂ ਸੀ ਤਾਂ ਉੱਥੇ ਪਾਣੀ ਦਾ ਬੰਦੋਬਸਤ ਕਰਨ ਲਈ ਫਿਰ ਉਹ ਖੂਹ ਲਵਾਏ ਜਾਂਦੇ ਸੀ। ਇਹ ਆ ਦੇਖੋ ਖੂਹ, ਇਹ ਤੁਹਾਡਾ ਖੇਤ ਹੈ ਜੀ? ਇਹ ਲੋਕਲ ਨੇ ਇੱਥੋਂ ਅਤੇ ਇਹਨਾਂ ਦੇ ਖੇਤ 'ਚ ਹੈ ਇਹ ਖੂਹ। ਜਿਵੇਂ ਉਹ ਬੁਰਜ ਸੀਗਾ ਉਹ ਕਾਕਾ ਜੀ ਦੇ ਖੇਤ 'ਚ ਸੀ ਇਹਨਾਂ ਦੇ। ਇਹ ਦੱਸਦੇ ਨੇ ਕਿ ਬਹੁਤ ਡੂੰਘਾ ਇਹ ਪੱਥਰ ਮਾਰ ਕੇ ਸਾਨੂੰ ਦਿਖਾ ਰਹੇ ਸੀ। ਇੱਕ ਚੱਕਿਓ ਪੱਥਰ ਆਪਾਂ ਦੇਖੀਏ
ਕਹਿੰਦੇ ਨੇ ਕਿ ਪੱਥਰ ਜਿਵੇਂ ਮਾਰਦੇ ਆ ਤਾਂ ਬਹੁਤ ਲੇਟ ਪਹੁੰਚਦਾ ਹੈ ਪੱਥਰ। ਆ ਦੇਖੋ 130 ਫੁੱਟ ਡੂੰਘਾ ਇਹ ਦੱਸਦੇ ਨੇ। ਉਸ ਟਾਈਮ 'ਤੇ ਸੋਚੋ ਦੇਖੋ ਕਿੰਨਾ ਟਾਈਮ ਲੱਗਿਆ ਹੋਣਾ ਹੈ ਖੂਨ ਦੇ ਬੰਨ ਨੂੰ। ਇੱਥੋਂ ਇਹ ਚੀਜ਼ ਵੀ ਪਤਾ ਲੱਗਦੀ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਸਿੱਖ ਥੋੜ੍ਹੇ ਟਾਈਮ ਲਈ ਨਹੀਂ ਰੁਕੇ ਇੱਥੇ, ਕਿਉਂਕਿ ਜੇ 5-7 ਦਿਨ ਲਈ ਰੁਕੇ ਹੁੰਦੇ ਜਾਂ ਮਹੀਨੇ ਲਈ ਰੁਕੇ ਹੁੰਦੇ ਤਾਂ ਕੋਈ ਖੂਹ ਬਣਾਉਣ ਦੀ ਐਡੀ ਸਰਦਰਦੀ ਨਹੀਂ ਲੈਂਦਾ। ਉਹ ਖੂਹ ਬਣਾਉਣਾ ਉਹ ਵੀ ਪਹਾੜਾਂ 'ਚ ਕੋਈ ਛੋਟੀ ਗੱਲ ਨਹੀਂ ਹੈ, ਬਹੁਤ ਸਮਾਂ ਰੁਕੇ ਹੋਣਗੇ ਇੱਥੇ। ਆਪਕੋ ਕੁਛ ਪਤਾ ਹੈ ਇਸਕੇ ਇਤਿਹਾਸ ਕੇ ਬਾਰੇ ਮੈਂ? ਨਹੀਂ ਪਤਾ। ਇਹ ਬਾਅਦ 'ਚੋਂ ਜਿਵੇਂ ਜਗ੍ਹਾ 'ਤੇ ਮਾਨਤਾ ਉਹ ਹੋ ਜਾਂਦੀਆਂ ਨੇ। ਇਹ ਖਵਾਜਾ ਇਹਨਾਂ ਨੇ ਬਣਾਇਆ ਹੋਇਆ ਹੈ, ਕਿਉਂਕਿ ਜਦੋਂ ਕੋਈ ਵਾਲੀ ਵਾਰਸ ਇੱਥੇ ਸਿੱਖਾਂ ਦਾ ਤਾਂ ਰਿਹਾ ਨਹੀਂ। ਮੁਗਲਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਤੋਂ ਬਾਅਦ ਉਹਨਾਂ ਦੇ ਸਾਰੇ ਕਿਲੇ ਢਾਹ ਦਿੱਤੇ ਸੀ। ਹੁਣ ਖੂਹਾਂ ਦਾ ਕੀ ਕਰਦੇ? ਉਹ ਖੌਫ ਹੀ ਇੰਨਾ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਕਿ ਉਸ ਤੋਂ ਬਾਅਦ ਸਿੱਖਾਂ ਦਾ ਕਤਲੇਆਮ ਸ਼ੁਰੂ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਦੇ ਕਿਲੇ ਢਾਹ ਦਿੱਤੇ ਗਏ, ਸਟੋਰਾ ਦਾ ਕਿਲਾ ਢਾਹ ਦਿੱਤਾ ਗਿਆ, ਲੋਹਗੜ੍ਹ ਦਾ ਕਿਲਾ ਢਾਹ ਦਿੱਤਾ ਗਿਆ, ਅਤੇ ਪਿੱਛੇ ਰਹਿ ਗਏ ਇਹ ਖੰਡਰ। ਇੱਥੇ ਫਿਰ ਕਿਹਨੇ ਦੇਖਣ ਆਉਣਾ ਸੀ? ਹੁਣ ਆਪਾਂ ਆਏ ਹਾਂ ਅਤੇ ਤੁਹਾਨੂੰ ਇਤਿਹਾਸ ਦੀ ਜਾਣਕਾਰੀ ਦਿੱਤੀ ਆ। ਵੀਡੀਓ ਵਧੀਆ ਲੱਗੀ ਤਾਂ ਤੁਸੀਂ ਇਹਨੂੰ ਅੱਗੇ ਵੀ ਭੇਜ ਸਕਦੇ ਹੋ ਪੰਜਾਬ ਸਿਆਂ 'ਤੇ। ਹੁਣ ਤੁਹਾਨੂੰ ਸਿੱਖ ਇਤਿਹਾਸ ਨਾਲ ਜੁੜੇ ਹੋਏ ਸਥਾਨ ਦਿਖਾਉਣ ਦੀ ਕੋਸ਼ਿਸ਼ ਕਰਦੇ ਰਿਹਾ ਕਰਾਂਗੇ। ਸਿੱਖ ਇਤਿਹਾਸ ਨਾਲ ਜੁੜੇ ਹੋਏ ਉਹ ਥਾਂ ਜੋ ਇਤਿਹਾਸ ਦੇ ਪੰਨਿਆਂ 'ਚ ਕਿਤੇ ਗੁੰਮ ਹੋ ਗਏ ਨੇ। ਕਿਹੜੇ ਪਿੰਡ ਸ਼ਹਿਰ 'ਚ ਬੈਠ ਕੇ ਸਾਡੀ ਵੀਡੀਓ ਦੇਖ ਰਹੇ ਹੋ ਇਹ ਸਾਨੂੰ ਜ਼ਰੂਰ ਦੱਸ ਦਿਓ। ਜੇ ਤੁਹਾਡੇ ਨੇੜੇ ਵੀ ਕੋਈ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਸਥਾਨ ਹੈ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ। ਤੁਸੀਂ ਸਾਨੂੰ ਵਟਸਐਪ ਵੀ ਕਰ ਸਕਦੇ ਹੋ। ਸਿੱਖ ਇਤਿਹਾਸ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਪੰਜਾਬ ਸਿਆਂ ਦੇ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਨੂੰ ਤੁਸੀਂ ਲਾਈਕ ਅਤੇ ਸਬਸਕ੍ਰਾਈਬ ਕਰ ਸਕਦੇ ਹੋ। ਇਤਿਹਾਸ ਦੱਸਦੇ ਹਾਂ, ਕੋਈ ਵੀ ਗਲਤੀ ਹੋ ਗਈ ਹੋਏ ਤਾਂ ਉਹਦੇ ਲਈ ਅਸੀਂ ਮਾਫ਼ੀ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।